ਰਾਤਾਂ ਬੜੀਆਂ ਲੰਮੀਆਂ ਗਲਤ ਗਲਤ ਖਿਆਲ ਆਉਂਦੇ ਆ ਮੈਨੂੰ ਕੰਮ ਸਿਖਾ ਦਿਓ ਤੁਹਾਡੀ ਮਿਹਰਬਾਨੀ ਜੀ ਆਪ ਬੜੀ ਮੁਸ਼ਕਿਲ ਨਾਲ ਸਿੱਖਿਆ ਤੂੰ ਸਾਨੂੰ ਨਾ ਤੰਗ ਕਰ ਜਾ ਰੋਜ਼ੀ ਦਾ ਟਾਈਮ ਕੁਝ ਸਿੱਖਣਾ ਹੁਣ ਮੈਂ ਮੋਟਰਸਾਈਕਲ ਵਾਲਾ ਕੋਈ ਆਕਾ ਮੈਂ ਮੈਨੂੰ ਮਾਲਿਸ਼ ਸਿਖਾ ਦੇ ਉਹ ਮੈਨੂੰ ਕਹੇ ਸਲੰਸਰ ਦੀ ਮਾਲਿਸ਼ ਕਰ ਫਿਰ ਭਾਈ ਜੀ ਕੱਲ ਸੇ ਕਿੰਨੇ ਵਜੇ ਆਉਂ ਫਿਰ ਯਾਰ ਉੱਠ ਯਾਰ ਇਧਰ ਜਾ ਕੰਮ ਤੇ ਜਾ ਭਾਜੀ ਮਾਲਿਸ਼ ਕਰਾ ਲਓ ਨਹੀਂ ਆਪਕੋ ਕੌਣ ਲੈ ਜਾਏਗਾ ਮੇਰੇ ਹਿਸਾਬ ਨਾਲ ਜੇ ਕੋਈ ਦੁਨੀਆ 'ਚ ਗਾਹਕ ਪੈਦਾ ਹੋਇਆ ਹੀ ਹੋਣਾ ਵਾ ਕਿ ਮੈਨੂੰ ਕਿਸੇ ਨੇ ਦਿਹਾੜੀ ਨਹੀਂ ਲਵਾਉਣੀ ਲੈ ਚਲਾ 300 ਜੇ ਯਾਰ ਮੇਰੀ ਗੱਲ ਸੁਣ ਸੈਂਟਰ 'ਚ ਲੰਮਾ ਪੈ ਤੇਰੇ ਉਤੋਂ ਗੱਡੀ ਲੰਘੇ ਪਹਿਲੇ ਪ੍ਰੈਸ ਹੋਏਗਾ ਫਿਰ ਮੈਂ ਤੇਰੇ ਕਰਾ ਕੇ ਕਰ ਦਿਆਂਗਾ ਓ ਨਹੀਂ 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 ਇਸ ਤਰ੍ਹਾਂ ਦਾ ਨਹੀਂ ਆਉਂਦਾ ਓ ਯਾਰ ਨੀਂਦ ਆਈ ਜਾਂਦੀ ਆ ਓਏ ਲਾ ਵੀ ਦੇ ਕੈਮਰਾ ਔਨ ਕਰ ਵੀ ਦੇ ਕਰਦਾ ਯਾਰ ਸਰਦੀਆਂ ਦੀਆਂ ਰਾਤਾਂ ਬੜੀਆਂ ਲੰਬੀਆਂ ਵਾ ਤੇ ਮੈਂ ਤੇ ਵਿਹਲਾ ਹੋ ਜਾਂਦਾ ਮਗਰ ਟਾਈਮ ਹੀ ਸਾਰੀ ਰਾਤ ਮੇਰੇ ਕੋਲ ਹੁੰਦੀ ਹੈ ਮੈਂ ਇੱਕ ਹਿਸਾਬ ਲਾਇਆ ਨਾਜ਼ਰੀਨ ਕਿ ਜਿਹੜੇ ਮਾਲਸ਼ੀਆਂ ਨਹੀਂ ਹੁੰਦੇ ਇਹ ਮਾਲਿਸ਼ ਕਰਦੇ ਆ ਛਨ ਛਨ ਕਰਦੇ ਫਿਰਦੇ ਪੂਰੀ ਮਾਰਕੀਟ ਦੇ ਵਿੱਚ ਇਹ ਬੜਾ ਬੈਕਗਰਾਉਂਡ ਮਿਊਜ਼ਿਕ ਦਿੰਦੇ ਤੁਸੀਂ ਕੋਈ ਵੀ ਗੱਲ ਕਰ ਰਹੇ ਹੁੰਦੇ ਹੋ ਜਾ ਕੇ ਛਨ ਛਨ ਤੁਹਾਨੂੰ ਐਸਾ ਰੀਮਿਕਸ ਦਿੰਦੇ ਨੇ ਕਿ ਤੁਹਾਨੂੰ ਲੱਗਦਾ ਪਤਾ ਕੋਈ ਆਇਆ ਸਾਡੀ ਮਾਲਿਸ਼ ਕਰਨ ਤੇ ਅਗਲੇ ਬੰਦੇ ਨੂੰ ਸਕੂਨ ਹੋ ਜਾਂਦਾ ਪੂਰੀ ਰਾਤ ਮੇਰੇ ਕੋਲ ਜੋ ਵਿਹਲੀ ਹੁੰਦੀ ਹੈ ਤੁਹਾਡਾ ਵੀ ਮਸ਼ਵਰਾ ਦਰਕਾਰ ਆ ਕਿ ਮੈਂ ਮਾਲਸ਼ੀਆਂ ਦਾ ਕੰਮ ਸਿੱਖ ਲਵਾਂ ਅਤੇ ਮੈਂ ਮਾਰਕੀਟ ਦੇ ਵਿੱਚ ਆਇਆ ਅਤੇ ਇੱਥੇ ਬੈਠੇ ਮਾਲਸ਼ੀਏ ਅਤੇ ਜਾ ਕੇ ਮਾਲਸ਼ੀਆਂ ਕੋਲ ਨਾ ਹੁਣ ਮੈਂ ਟਿਪਸ ਲੈਣੀ ਹੈ ਮੈਂ ਮਾਲਸ਼ੀਆ ਬਣਨਾ ਮੈਂ ਉਹਨਾਂ ਨੂੰ ਜਾ ਕੇ ਕਹਿਣਾ ਕਿ ਭਾਈ ਜਾਨ ਮੈਨੂੰ ਸਿਖਾ ਦਿਓ ਤੁਹਾਡੀ ਮਿਹਰਬਾਨੀ ਹੈ ਆਈਏ ਚਲਦੇ ਹਾਂ ਮਾਲਸ਼ੀਆ ਕੈਸੇ ਤਿਆਰ ਹੁੰਦਾ ਹੈ ਟਿਪਸ ਲੈਤੇ ਹਾਂ ਮਾਲਸ਼ੀਓ ਕੇ ਪਾਸ ਉਹ ਵਹਾਂ ਪੇ ਮਾਲਸ਼ੀਓ ਕੀ ਚਾਉਂਸਰ ਬੈਠੀ ਹੋਈ ਹੈ ਆ ਜਾ ਮੇਰੇ ਪਾਸ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਅੱਜ ਕੀ ਹਾਲ ਹੈ ਠੀਕ ਸ਼ੁਕਰ ਹੈ ਮਾਲਿਕ ਅੱਲਾਹ ਦਾ ਸ਼ੁਕਰ ਬਿਹਤਰ ਠੀਕ ਹੋ ਪਿੱਛੋਂ ਠੀਕ ਹੋ ਪਿੱਛੋਂ ਠੀਕ ਹੁੰਦੇ ਤੇ ਇੱਥੇ ਕੀ ਕਰਦੇ ਸਦਾ ਜੀ ਆਪਾਂ ਇੱਥੇ ਬਸ ਵੈਸੇ ਆਮ ਫੜ ਲਏ ਆ ਹੈ ਆਮ ਫੜ ਲਏ ਆ ਆਮ ਫੜ ਲਏ ਆ ਇਹਨੂੰ ਫੜ ਲਾ ਨਾਲ ਫੜ ਲਿਆ ਜੀ ਸਦਾ ਜੀ ਮੈਂ ਨਾ ਬੜਾ ਸੋਚ ਸਮਝ ਕੇ ਤੁਹਾਡੇ ਕੋਲ ਆਇਆ ਤੁਹਾਡੀ ਮਿਹਰਬਾਨੀ ਆ ਬੈਠੇ ਹੋ ਹਰ ਕਿਸਮ ਦੀ ਬੋਤਲ ਲੈ ਕੇ ਇਹਦੇ 'ਚ ਕਿਹੜੀ ਕਿਹੜੀ ਹੈ ਸ਼ਜ਼ਾਨ ਮਰਿੰਡਾ ਕੋਕ ਪੈਪਸੀ ਕਿਹੜੀ ਹੈ ਸਾਰੀਆਂ ਹੀ ਨੇ ਇੱਥੇ ਸਾਰੀਆਂ ਜਿਹੜੀਆਂ ਕਹੋਗੇ ਮੈਨੂੰ ਪਿਆ ਦੋਗੇ ਪਿਆ ਦੇਵਾਂਗੇ ਯਾਰ ਸਰਦੀਆਂ ਦੀਆਂ ਰਾਤਾਂ ਤੁਹਾਨੂੰ ਪਤਾ ਕਿੱਡੀਆਂ ਲੰਮੀਆਂ ਹੁੰਦੀਆਂ ਬੈਠਿਆਂ ਬੈਠਿਆਂ ਅਜੀਬੋ ਗਰੀਬ ਬੰਦੇ ਨੂੰ ਖਿਆਲ ਆਉਣ ਲੱਗ ਪੈਂਦੇ ਆ ਅਤੇ ਮੈਂ ਸਤਾਰ ਜੀ ਇਹ ਕੋਸ਼ਿਸ਼ ਕਰ ਰਿਹਾ ਕਿ ਮੈਂ ਨਾ ਤੁਹਾਡੇ ਕੋਲ ਇਹ ਮਾਲਾ ਹੀ ਸਿੱਖ ਲਵਾਂ ਓ ਨੋ ਹੈਂ ਜਾ ਪੜੇ ਵਾ ਉਹ ਮੈਂ ਯਾਰ ਮੇਰੀ ਗੱਲ ਤਾਂ ਸੁਣ ਨਾ ਇਹ ਰੋਜ਼ੀ ਦਾ ਟਾਈਮ ਹੈ ਯਾਰ ਜਾ ਇਹ ਕੋਈ ਕੰਮ ਸਿੱਖਣਾ ਲੈ ਤੇਰੇ ਇਹ ਵੇਖ ਆਪਣੇ ਹੌਲੀਆ ਵੇਖ ਯਾਰ ਮੈਂ ਹੌਲੀਆ ਚੇਂਜ ਕਰ ਲਾਂਗਾ ਕਿਹੜੇ ਕੱਪੜੇ ਹੁੰਦੇ ਮਾਲਸ਼ੀਆਂ ਵਾਲੇ ਮਾਲਸ਼ੀਆਂ ਲੈ ਆਈ ਕੱਪੜੇ ਪੈ ਗਿਆ ਇਹਦੇ ਗੰਦੇ ਕੱਪੜੇ ਵੀ ਨਹੀਂ ਮੈਂ ਪਾਉਣੇ ਮੈਨੂੰ ਕੋਈ ਸਹੀ ਜਿਹੇ ਕੱਪੜੇ ਦੱਸ ਦੇ ਕੰਮ ਸਿੱਖਣਾ ਹੈ ਤਾਂ ਫਿਰ ਆਈ ਕੱਪੜੇ ਪਹਿਨਣਗੇ ਮੈਂ ਨਾ ਇਸ ਵੇਲੇ ਵਿਹਲਾ ਹੁੰਨਾ ਵਾ ਰਾਤਾਂ ਬੜੀਆਂ ਲੰਮੀਆਂ ਗਲਤ ਗਲਤ ਖਿਆਲ ਆਉਂਦੇ ਆ ਮੈਨੂੰ ਕੰਮ ਸਿਖਾ ਦਿਓ ਤੁਹਾਡੀ ਮਿਹਰਬਾਨੀ ਭਾਈ ਅਸੀਂ ਆਪ ਬੜੀ ਮੁਸ਼ਕਿਲ ਨਾਲ ਸਿੱਖਿਆ ਤੂੰ ਸਾਨੂੰ ਨਾ ਤੰਗ ਕਰ ਜਾ ਰੋਜ਼ੀ ਦਾ ਟਾਈਮ ਹੈ ਭਾਈ ਕਿੰਨੀ ਦੇਰ ਚ ਸਿੱਖਿਆ ਮੈਂ 5 ਮਿੰਟਾਂ ਹੀ ਸਿੱਖ ਜਾਣਾ ਮੈਨੂੰ ਦੱਸ ਕਰਨਾ ਕੀ ਹੁੰਦਾ ਕਰਨਾ ਕੁਛ ਵੀ ਨਹੀਂ ਬਸ ਐਵੇਂ ਬਹਿਣਾ ਸਕੂਨ ਨਾਲ ਆਣਾ ਗਾਹਕ ਨੂੰ ਕੁੱਟਣਾ ਕੁੱਟ ਕੁੱਟ ਕੇ ਤੇ ਗਾਹਕ ਨੂੰ ਕੁੱਟਣਾ ਕਾਹਤੋਂ ਆ ਆਹੋ ਕੁੱਟਣਾ ਹੀ ਹੈ ਜ਼ਰੀ ਜੀ ਗੱਲ ਹੈ ਪੈਸੇ ਲੈਣੇ ਨੇ ਕੁੱਟ ਕੁੱਟ ਕੇ ਲੈਣੇ ਪੈਸੇ ਆਹੋ ਯਾਰ ਮੈਨੂੰ ਦੱਸੋ ਮੈਂ ਕਿੱਦਾਂ ਸਤਾਜੀ ਟਾਈ ਲਾ ਕੇ ਆ ਜਾ ਕਰਾਂ ਛਿਕ ਜਾਗਾ ਮੈਂ ਕੰਮ ਨਹੀਂ ਯਾਰ ਤੂੰ ਨਹੀਂ ਛਿਕਦਾ ਤੈਨੂੰ ਛਿਕਾ ਕੇ ਰੋਜ਼ੀ ਕਿਲ ਦਿਲਤ ਮਰਨੇ ਆਪਣੇ ਰੋਜ਼ੀ ਦੇ ਜੀ ਮੈਂ ਤੁਹਾਡੇ ਇੱਥੇ ਮਾਰਕੀਟ 'ਚ ਨਹੀਂ ਫੇਰਾਂਗਾ ਮੈਂ ਸ਼ੀਸ਼ੀਆਂ ਲਾ ਕੇ ਕਿਤੇ ਹੋਰ ਫੇਰਾਂਗਾ ਕਹਿੰਦੇ ਕਿਸੇ ਹੋਰ ਜਗ੍ਹਾ ਜਾ ਯਾਰ ਸਾਰੀ ਕੋਈ ਜਗ੍ਹਾ ਨਹੀਂ ਹੈਗੀ ਮਾਲਸ਼ੀਆਂ ਕੋ ਸਿੱਖਣਾ ਹੁਣ ਮੈਂ ਮੋਟਰਸਾਈਕਲ ਵਾਲਾ ਕੋਈ ਆਕਾ ਮੈਨੂੰ ਮਾਲਿਸ਼ ਸਿਖਾ ਦੇ ਉਹ ਮੈਨੂੰ ਕਹੇ ਸਲੰਸਰ ਦੀ ਮਾਲਿਸ਼ ਕਰ ਫੇਰ ਕਰ ਲੈ ਕੋਈ ਮਸਲਾ ਨਹੀਂ ਉੱਥੇ ਵੀ ਕਰ ਲੈ ਸਤਾ ਜੀ ਮੈਨੂੰ ਦੱਸੋ ਮੈਨੂੰ ਮੈਨੂੰ ਦੱਸੋ ਪੈਂਟ ਕੋਟ ਪਾ ਕੇ ਆ ਜਾਵਾਂ ਕੱਲ ਤੋਂ ਤੇਰੇ ਕੋ ਕੰਮ ਸਿੱਖਣ ਨਹੀਂ ਪੈਂਟ ਕੋਟ ਇੱਥੇ ਕੀ ਅੰਬ ਚੜਨਾ ਇੱਥੇ ਸਲਵਾਰ ਕਮੀਜ਼ ਪਾ ਕੇ ਆ ਸਾਦੀ ਆ ਤੈਨੂੰ ਸਤਾ ਜੀ ਮੈਂ ਬਹਿ ਕੇ ਤੁਹਾਡੇ ਨਾਲ ਗੱਲ ਕਰਦਾ ਸਤਾ ਜੀ ਮੈਨੂੰ ਦੱਸੋ ਇਹ ਜਿਹੜੇ ਤੁਹਾਨੂੰ ਲੈ ਕੇ ਜਾਂਦੇ ਨੇ ਆਪਣਾ ਕੋਠੀਆਂ ਕਾਰਾਂ ਵਾਲੇ ਇਹ ਜਾ ਕੇ ਕੀ ਕਰਦੇ ਨੇ ਮੈਂ ਵੀ ਮੈਨੂੰ ਬੜਾ ਚਾਸ ਹੈ ਮੈਂ ਯਾਰ ਮੈਨੂੰ ਸ਼ੌਕ ਹੈ ਮੈਂ ਵੀ ਮਾਲਸ਼ੀਆਂ ਆਵਾਂ ਮੈਂ ਵੀ ਜਾ ਕੇ ਦੇਖਾਂ ਇਹ ਹੁੰਦਾ ਕੀ ਅੰਦਰ ਦੋ ਦੋ ਤਿੰਨ ਤਿੰਨ ਘੰਟੇ ਸਾਨੂੰ ਉਹਨਾਂ ਨੂੰ ਦਬਾਉਂਦੇ ਆ ਦਬਾ ਦਬੋ ਕੇ ਅਤੇ ਫਿਰ ਉਹਨਾਂ ਨੂੰ ਕਹਿ ਦੇਣਾ ਹਾਂਜੀ ਕੋ ਸਹੀ ਹੋ ਜਾਂ ਠੀਕ ਹੋ ਜਾਂ ਨਹੀਂ ਕਹਿੰਦੇ ਠੀਕ ਹੈ ਜੀ ਸਹੀ ਹੋ ਗਿਆ ਫਰੈਸ਼ ਹੋ ਦੋ ਤਿੰਨ ਘੰਟੇ ਦਬਾਉਂਦੇ ਜਾਂ ਕਿੱਥੋਂ ਕਿੱਥੋਂ ਦਬਾਉਂਦੇ ਆ ਐਸੇ ਜਿਸਮ ਦੇ ਮਸਾਜ ਕਰਦੇ ਆ ਤੇਲ ਨਾਲ ਕਿਹੜੇ ਕਿਹੜੇ ਹਿੱਸੇ ਦੇ ਹਰ ਹਿੱਸੇ ਦੇ ਕਰਦੇ ਹਰ ਹਿੱਸੇ ਦੇ ਹਰ ਹਿੱਸੇ ਦੇ ਕਰਦੇ ਆ ਜਿੱਦਾਂ ਕੋਈ ਕਹਿ ਦੇਵੇ ਜਿੱਦਾਂ ਕੋਈ ਕਹਿ ਦੇਵੇ ਇਹ ਨਹੀਂ ਕਿ ਕੋਈ ਗਲਤ ਕੰਮ ਜੈਸੇ ਮਸਾਜ ਕਰਤੇ ਆ ਮਤਲਬ ਕਿ ਟਾਂਗੋ ਪੇ ਜਿਸਮ ਪੇ ਬਸ ਪਿੰਡੇ ਪੇ ਪਿੰਡੇ ਪੇ ਮੱਥੇ ਤੇ ਮੱਥੇ ਤੇ ਹੀ ਕਰ ਲੈਂਦੇ ਅੱਛਾ ਹੁਣ ਮੈਨੂੰ ਕੰਮ ਕਿੱਦਾਂ ਸਿਖਾਉਣਾ ਮੈਨੂੰ ਦੱਸੋ ਪਹਿਲੇ ਕਿਹੜੀ ਸ਼ੀਸ਼ੀ ਖੋਲਣੀ ਆ ਆਪਣਾ ਹੋਲਿਆ ਸਹੀ ਕਰ ਗਿਆ ਜਾ ਆਪਣਾ ਹੋਲਿਆ ਸਹੀ ਕਰ ਗਿਆ ਕੀ ਕਰ ਗਿਆ ਉਹ ਤੋਂ ਕੋਟ ਪਾ ਗਿਆ ਜਾ ਨਹੀਂ ਨਹੀਂ ਤੂੰ ਕੱਪੜੇ ਚੇਂਜ ਕਰ ਆ ਜਾ ਇਹੀ ਕੱਪੜੇ ਪਾ ਗਿਆ ਇਹ ਪਾ ਕੇ ਮੈਂ ਮਰ ਜਾਣਾ ਨਹੀਂ ਨਹੀਂ ਇਹੀ ਪਾ ਗਿਆ ਜਾ ਇਹ ਤੂੰ ਲਾ ਦੇ ਫੇ ਮੈਂ ਪਾਉਣਾ ਵਾ ਹੋਰ ਲੈ ਕੇ ਪਾ ਲੈ ਅੱਛਾ ਇਦਾਂ ਦੇ ਹੋਰ ਲੈ ਕੇ ਪਾਵਾਂ ਉਸਤਾਦ ਜੀ ਮੈਨੂੰ ਕੰਮ ਆ ਜਾਏਗਾ ਤੁਹਾਡੇ ਕੋਲ ਬੈਠੇ ਤੁਸੀਂ ਕਿੱਦਾਂ ਮੁਤਮਨ ਹੋ ਕੇ ਬੈਠੇ ਹੋ ਸਾਨੂੰ ਤਾਂ 5 ਸਾਲ ਹੋ ਗਏ ਨੇ ਤੇਰੇ ਹਾਂਜੀ 5 ਸਾਲ ਹੋ ਗਏ ਮੈਨੂੰ ਸਿਖਾ ਦਿਓ ਤੁਸੀਂ ਕਿੱਦਾਂ ਸਿੱਖਿਆ ਸੀ ਮੈਨੂੰ ਵੀ ਸਿਖਾ ਦਿਓ ਮੈਨੂੰ ਤਾਂ ਪੂਰਾ ਹਫ਼ਤਾ ਲੱਗ ਗਿਆ ਸੀ ਕੰਮ ਸਿੱਖ ਮੈਨੂੰ ਕਿੰਨੀ ਦੇਰ ਲੱਗ ਜੀ 5 ਮਿੰਟ 'ਚ ਸਿੱਖ ਜਾਗਾ ਮੈਂ ਨਹੀਂ ਦੋ ਤਿੰਨ ਦਿਨ ਲੱਗ ਜਾਣੇ ਨੇ ਆਪਕੋ ਜੀ ਉਸਤਾਦ ਜੀ
यार किसी की परेशानी समझी थी मैं आंडिया का सोचा मगर वो मार्केट बहुत फिर आए फिर मैं जराबा का सोचा वह भी काफ़ी फिर आए फिर मैं टिशू वेखे टिशू वाले की गल ही कोई नहीं सुनता ए मालसी मैं मैं म्यूजिक का भी शौक है ए जो ए करना ना छन छन होंगी है तो बड़ा मजा आता मैं भी कहना मम्मी लैके ए छन छन करा है हाँ सही है बच्चे नु किवें मालिश करनी है वड्डे नु किवें करनी जे कोई पहलवान टाइप आ जावे ते दो बंदे मालिश करदे उत्ते के एक बंदा ही करदा एक ही करदा हैगा थक जांदा होना मोटरसाइकिल करांदा कि रिक्शे ते जांदा मालिश करन मोटरसाइकिल ते आ जांदा है ਸੀਰੀਅਸ ਕਿਉਂ ਆ ਕੰਮ ਨਹੀਂ ਸਿਖਾਉਣਾ ਮੈਨੂੰ ਨਹੀਂ ਨਹੀਂ ਫੀਸ ਕਿੰਨੀ ਭਾਜੀ ਕੰਮ ਨਹੀਂ ਫੀਸ ਨਹੀਂ ਆਏਗੀ ਹਾਂ ਨਹੀਂ ਫ੍ਰੀ ਸਿਖਾਉਂਗੇ ਹਾਂ ਉਸਤਾਦ ਰੱਖਣਾ ਪੈਣਾ ਹੈ ਬਸ ਭਾਜੀ ਫੀਸ ਦੱਸੋ ਯਾਰ ਭਾਈ ਇਸ ਨਹੀਂ ਫੀਸ ਨਹੀਂ ਹੁੰਦੀ ਇਸ ਕੰਮ ਵਿੱਚ ਹਾਂ ਬਸ ਆਪਣੇ ਜੈਸੇ ਅਸੀਂ ਆਪਣੇ ਆਪਣੇ ਮੁੰਡੇ ਹੈਗੇ ਵੈਸੇ ਸਿਖਾ ਦੇਣੇ ਅੱਛਾ ਬਾਕੀ ਕੰਮ ਕਰ ਲੈਨੇ ਆ ਹਾਂ ਰੋਟੀ ਪਾਣੀ ਬਣ ਜਾਂਦੀ ਹੈ ਤਿੰਨ ਟਾਈਮ ਰੋਟੀ ਖਾ ਲੈਨੇ ਆ ਘਰ ਵੀ ਕੁਝ ਗੱਲ ਦੇਨੇ ਆ ਜੀ ਮਾਲਿਸ਼ ਕਰਕੇ ਤੇ ਦੱਸੋ ਕਿਦਾਂ ਕਰਦੇ ਹੋ ਭਾਈ ਨਾ ਉੱਟਣਾ ਹੈ ਉੱਟਣਾ ਨਹੀਂ ਮਾਲਿਸ਼ ਕਰਨੀ ਹੈ ਉਹ ਜਿੱਦਾਂ ਸਿਰ ਨੂੰ ਉਹ ਉਹ ਮੈਂ ਇੱਕ ਮਾਰਕੀਟ 'ਚ ਦੇਖਿਆ ਉਹ ਭੈੜੇ ਭੈੜੇ ਡਿਜ਼ਾਈਨ ਵੀ ਬਣਾਉਂਦਾ ਸੀ ਐਂ ਕਰਕੇ ਤੇ ਉਹ ਵੀ ਮੈਨੂੰ ਸਿਖਾਓ ਨਾ ਕਰਾਟੇ ਵੀ ਆਉਂਦੇ ਇੰਜ ਕਰਕੇ ਅਗਲੇ ਦਾ ਸਿਰ ਕਿੱਦਾਂ ਫੜਨਾ ਓ ਨੋ ਕਰਦੇ ਨੇ ਹੋਰ ਕੁਝ ਹਾਂਜੀ ਹੱਡੇ ਤੋੜ ਦੇਗਾ ਤੂੰ ਤੋ ਮੈਂ ਕਿਵੇਂ ਹੱਡੀਆਂ ਤੋੜ ਦੂੰਗਾ ਤੂੰ ਕਰਾਟੇ ਸਿੱਖ ਹੋਏ ਕਿਸ ਤਰ੍ਹਾਂ ਗਰਦਨ ਤੋੜ ਦੇਗਾ ਬਾਜ਼ੂ ਤੋੜ ਦੇਗਾ ਨਹੀਂ ਮੈਨੂੰ ਆਪ ਸਿਖਾਓਗੇ ਨਾ ਹੱਥ ਕਿਵੇਂ ਲਗਾਉਣਾ ਹੈ ਕਿਵੇਂ ਪਕੜਨਾ ਹੈ ਤਾਂ ਮੈਂ ਫਿਰ ਨਹੀਂ ਤੋੜੂੰਗਾ ਕੁਝ ਓ ਨਹੀਂ ਭਈ ਆਪਕਾ ਕੰਮ ਨਹੀਂ ਆਪ ਜਾਓ ਤੇਲ ਵੇਚੋ ਸਰਸੋਂ ਦਾ हम आपसे ले लेंगे जाओ सरसों का तेल इसमें डाल के मैं छन छन करना है नहीं नहीं छन छन आप नहीं कर सकते ये तो शीशे भी तोड़ दोगे आप शीशे तोड़ दोगे आप भाई आप कैसी बातें कर रहे हैं मुझे ये बताएं मैं कल से कितने बजे आऊं नहीं नहीं आप बस आप नहीं आना आप इधर आप इधर नहीं आना हमारा रूटीन खराब हो जाएगी आप आ गए तो आप मैं उस टाइम आऊँ ना जब आपके पास टाइम फ्री होता है मैं तब आ जाऊँगा नहीं नहीं हम फ्री कभी नहीं होते बस अभी 5-10 मिनट बैठे हैं वैसे किसी से होना भी नहीं चाहिए इतनी oh, no. जी जी भाईजान मुझे आप बताएं ये तो ना करी जा रहे हैं आप मुझे बताएं आप ही सिखा दें मुझे नहीं मैं आपकी चटाई भी आगे झाड़ दूंगा आपका तकिया भी अच्छे से रखूंगा hey. आपके जो गाहक आएंगे उसको वाजे भी दूंगा भाई इसे भाई से मालिश करवा लें क्योंकि ये उस्ताद आ गया उस्ताद उस्ताद आ गया उस्ताद जी ये देखें क्या कर रहे हैं मेरे साथ नहीं रखते यार आपको हमारी खुद की सारी रूटीन खराब हो जाएगी रूटीन क्या भाई मैंने कौन सा फिल्म लगा देनी है यहाँ पे आ गई आपको लोरी देनी है नहीं नहीं हमारे पास इतना भी टाइम नहीं होता कि आपको हम अब मसाज सिखाएं हाँ। हम खुद ही बस इतने टाइम से सीखे हैं बस आते हैं दो यार इसकी कोई वो एक्सरसाइज भी होती है हाथों की मतलब कि जो मालिश करनी है आपने आपके फिर हाथ दुखने लग जाते हैं लग जाते हैं फिर रेस्ट होती है जैसे अगर कोई दूसरा कस्टमर उसी टाइम भी आ जाता है तो उसको भी दबाना इशू है हमारे लिए भाई जान मेरे हाथों की प्रैक्टिस है मैं टेकन 3 खेलता हूँ बड़े तेज से बटन दबाता हूँ नहीं भाई हम इतने कारीगर हैं हमारे हाथ भी सीधे नहीं होते सही तरह आप किस तरह करोगे स्त्री से कर लूंगा नहीं नहीं ये आपका काम नहीं है इधर भाई आपके इधर काम नहीं है मेरा इधर किधर ओ भाई जान समझाते क्यों नहीं है आप तो हंस ही जा रहे हैं यार जी जी इसमें कौन कौन सा जैम डाला हुआ है मुझे ये बताएं इसमें सरसों का है और इसका है अपना यहाँ इलायची का है सब तेल है हमारे पास सब का भी तेल है यार इलायची का तेल का क्या काम है आपके पास नहीं नहीं इलायची का नहीं है मजाक कर रहे तो भाई जान कल से कितने बजे आऊँ फिर यार उठ यार इधर जा काम ते जा आ जा इथो तू दस किन्ने बजे आवा नहीं नहीं जा तू बस ओ नो कहंदा उधर जा ओ यार जा उठ यार दस मैनू किन्ने पैसे नहीं जा यार पैसे किन्ने उस्ताद जी तुसी इहनां नूं कोई समझा दिओ काम सिखणा मैं ए कहंदे साडे उस्ताद ने तुसी मैनू सिखाओ हां मैं कल तो 3 मिंटां च मैं काम सिख लेणा सिख जाओ ना फिर सीखना तो सीखो सिखा देंगे सिखा देंगे नहीं नहीं असि जा रहे हैं ओ किथे चलना वा असि जा रहे हैं तू कर ओए ओरे ते यार गुस्सा ही कर गया ओ यार आ मेनू फड़ा गया ता करना की है हुन ए बस छोड़ कह रहे कर तू एनु इथे रख ला सिर ते रख ते एदा करना की है एंदा पास मैं सिर ते रख ते मैं ਆ 3 ਚਮਚੀਆਂ ਸਵੇਰੇ 3 ਸ਼ਾਮ 3 ਦੁਪਹਿਰ ਕਿਹੜੀ ਕਿਹੜੀ ਪੀਣੀ ਐ ਚੋ ਮੈਂ ਸਾਰੇ ਆ ਪੀੜਿਆ ਦੇ ਇਹਨੇ ਖਾਂਸੀ ਵਾਲਾ ਕਿਹੜਾ ਵਾ ਖਾਂਸੀ ਵਾਲੇ ਸਾਰੇ ਖਾਂਸੀ ਵਾਲੇ ਬਲਗਮ ਵਾਲਾ ਕਿਹੜਾ ਐ ਚੋ ਸਾਰੇ ਬਲਗਮ ਵਾਲੇ ਸਾਜੀ ਬੁਖਾਰ ਵਾਲਾ ਸਿਰਪ ਕਿਹੜਾ ਐ ਇਹ ਸਰਸੋਂ ਦਾ ਤੇਲ ਐ ਭਾਈ ਅੱਛਾ ਇਹ ਸ਼ਰਬਤ ਨਹੀਂ ਐ ਭਾਈ ਜਾਨ ਇਹ ਕਿਵੇਂ ਆਰਾਮ ਆਏਗਾ ਇਸਕਾ ਕਰਨਾ ਕਿਆ ਉਹ ਭਾਈ ਇਧਰ ਆ ਯਾਰ ਕਿੱਥੇ ਚਲਾ ਗਿਆ ਫੜਾ ਕੇ ਮੈਨੂੰ ਇਧਰ ਆ ਸਾਜੀ ਦਾ ਕੀ ਕਰਾਂ ਮੈਂ ਐਂਦਾ ਬਸ ਐਸੇ ਬਜਾਓ ਔਰ ਮਾਲਿਸ਼ ਕਰੇ ਓ ਨੋ ਕੱਲ ਸੇ ਡਿਊਟੀ ਸ਼ੁਰੂ ਭਾਈ ਜਾਨ ਕਿੰਨੇ ਵਜੇ ਆ ਜਾਓ नहीं भाई नहीं अपना पहले हुलिया चेंज करके आओ जाओ यार हुलिया की मैं हुन कली करा के आ जावां तेरे को
की करावा मेरा हाथ पीने नु नहीं पहुंचदा। ऐसे कौन झूठा आपको ले जाएगा? ताजी मालिश करा लो। नहीं आपको कौन ले जाएगा? मेरे हिसाब से देखो दुनिया च गाहक पैदा होया ही होना वा कि मेनू किसी ने दिहाड़ी नहीं लवानी। ओ भाई नहीं यहां पे ये काम नहीं चलता, यहां पे नहीं ले जाएगा। ऐसा करते हैं ना, पहली मालिश मैं आपके ऊपर करता हूं, मुझे फिर बताओ मेरे कैसे हाथ हैं। आपको दूंगा मैं 300 रुपया। मैं उनको देता हूँ 300 रुपया पूरी बॉडी मसाज का, घुटाई का। ओह नो, क्योंकि मुझे थोड़ा सा 300 रुपया किस चीज का कवर निकाल लिया आपकी मैंने? घुटाई का, जो आपने काम शुरू किया हुआ है आज से। अगर आपने काम अच्छा किया तो आपको 100 रुपया और भी दे दूंगा। पहले दिन ही 300 रुपया, इतने पैसे आओ ना। ओए किथे ले चला 300 जे? ओ घुटाई करानी है वीरे, घुटाई करानी है। इथे सारे सामने करा, उधर की करना भाई? इथे रोड ते करावा, कमरे ते चलदे उथे घुटाई हो रही है। ओ केड़ा कमरा? मेनू तो मशकूक आदमी लग रहा, मैं इदां दा नहीं हैगा। मालिश दी गल हो रही, तू कमरे ते ले जा रहा 300 जे मेनू? ओ हां सही आ बे, रोड ते मालिश करावा। इथे मेरी गल सुन, सेंटर च लम्मा पया ना? ओ नहीं इथे गड्डी उते आके मालिश करे यार। मेरी गल सुन, सेंटर च लम्मा पया तेरे उतो गड्डी नंगे, पहले प्रेस होएगा फिर मैं तेरे कराके कर देंगा। ओ नहीं नहीं नहीं, इस तरह दा नहीं आउंदा तू यार। ऐ वे मेनू, आ वे मेनू बजाउणा आ गया। हाँ यार जहर सी बात है, आप पहले दिन से काम थोड़ा सीखेंगे? आप हफ्ता काम लग जाएगा, आप इंशाल्लाह ट्रेन हो जाएंगे। पहले दिन नहीं, मुझसे इतनी टफ जॉब करवा रहा है, कमरे में गया है यार। मैं आपको बताऊंगा ना भाई, यूं यूं मालशी आगे दबाते हैं। यार मेरी बात सुन, तू इधर घास के ऊपर लेट जा। मैं इधर लो नहीं है, पहले मैं उधर ही करवा देता हूँ। उधर दरमियान में लेटना, ऊपर से गाड़ी गुजरती है, टैटू बनेगा तेरा अच्छे वाला। ठीक है, वाह जी वाह, मर्जी वाली बात है। आपने नहीं करना, मैं कोई और मालशी फाड़ लेता हूँ। चाहे आप नहीं, आप चाहे अपना काम। जी नासिन, हमने मालशिया बनने की कोशिश की, इनके साथ थोड़ा सा शुगल किया, थोड़ा सा फ़न किया। ये बड़े परेशान लोग होते हैं, यहाँ पे बैठे होते हैं, 6 बजे आ जाते हैं, सारी रात यहाँ पे बैठते हैं, सुबह 5 बजे ये अपने अपने घरों को जाते हैं, जाके आराम करते हैं। इनसे जानने की कोशिश की कैसे काम होता है, कौन कौन लोग इनको लेके जाते हैं, बातों से बातें निकलवाने की कोशिश की और थोड़ा सा फ़न किया कि हमने भी काम सीखना है। अब मैं देखता हूँ, ये मुझे ये सरसों के तेल वाली शीशी देते हैं नहीं, क्योंकि दिहाड़ी तो मैं लालवा में आ गया हूँ। टाइम काट के मार्केट, चलो निकलो, एडी वड्डी रात है, चलो सौ, अल्लाह हाफिज़।